ਹਾਂਜੀ ਸਵਾਗਤ ਆ ਜੀ ਅੱਜ ਦੇ ਫਿਰ ਨਵੇਂ ਵਲੋਗ 'ਚ। ਕੀ ਹਾਲ ਸਾਰਿਆਂ ਦਾ? ਠੀਕ ਠਾਕ ਜੀ। ਅਤੇ ਅੱਜ ਦਾ ਵਲੋਗ ਹੋਊਗਾ ਜੀ ਆਪਣਾ ਡੇਲੀ ਰੂਟੀਨ ਦਾ, ਕੀ ਕਰਦੇ ਅਸੀਂ ਸਾਰਾ ਦਿਨ, ਅੱਜ ਵਿਖਾਉਂਦੇ ਹਾਂ ਤੁਹਾਨੂੰ, ਅਤੇ ਬਣੇ ਰਹੋ ਸਾਡੇ ਵਲੋਗ ਨਾਲ। ਹਾਂਜੀ ਵੀ ਅਸੀਂ ਚੱਲੇ ਹਾਂ ਬਟਾਲੇ ਅੱਜ, ਆਪਾਂ ਨੂੰ ਕੰਮ ਹੀ ਥੋੜ੍ਹਾ ਜਿਹਾ, ਅਤੇ ਮਿਲਦੇ ਹਾਂ ਫਿਰ ਬਟਾਲੇ ਜਾ ਕੇ। ਹਾਂਜੀ ਲਓ ਜੀ ਅਸੀਂ ਪਹੁੰਚ ਗਏ ਬਟਾਲੇ, ਅਤੇ ਅਮਰਦੀਪ ਗੱਡੀ ਦਾ ਹੀਟਰ ਖਰਾਬ ਤੇ ਉਹ ਵਿਖਾਉਣ ਆਏ ਆਪਾਂ, ਉਹ ਵੀ ਵਿਆਹ ਕਰਨਾ ਸਹੀ। ਹਾਂ ਵੀਰ ਬਣਾਦੇ ਫਿਰ, ਕਰਦੇ ਸੈੱਟ ਪੂਰਾ। ਹੈ ਹਾਂ ਅਮਰਤ, ਆਹੋ ਹਾਂ, ਨਹੀਂ ਬਾਲੇ ਵੀ ਨਹੀਂ ਸਤਾਉਣੇ, ਫਿਰ ਲੋਕ ਗਾਲਾਂ ਕੱਢਦੇ ਯਾਰ। ਹੈ ਆਹ ਵੀਰ ਮਕੈਨਿਕ ਸਾਡਾ, ਵੇਖੋ ਕਿੰਨਾ ਕੁ ਟਾਈਮ ਲਾਉਂਦਾ ਕਰਦਾ ਸਹੀ, ਜਲਦੀ ਜਲਦੀ ਕਿ ਨਹੀਂ। ਲੈ ਫਿਰ ਵੀਰ ਹੂਟਰ ਰੱਖ ਲਿਆ ਤੂੰ ਆਪਣਾ, ਦੇ ਜਦੋਂ ਅਸੀਂ ਆਉਣਾ ਤੈਨੂੰ ਬਣਾ ਦੇ। ਹੈ ਹੂਟਰ ਕੱਢ ਲਿਆ ਵੀਰ ਹੁਣਾਂ ਨੇ, ਕਹਿੰਦੇ ਪਤਾ ਪੈਣਾ ਇਹਦਾ, ਆਹ ਪਿਆ ਹੂਟਰ, ਅਤੇ ਉਹਨਾਂ ਚਿਰ ਆਪਾਂ ਕਿਉਂ ਕੰਮ ਕਰਾਈਏ। ਹੂਟਰ ਰੱਖ ਲਿਆ ਉਹਨਾਂ ਨੇ ਦੁਕਾਨ ਵਾਲਿਆਂ ਨੇ, ਅਤੇ ਕਹਿੰਦੇ ਉਹਦਾ ਪੱਤਾ ਪੈਣ ਵਾਲਾ, ਅਤੇ ਮੈਂ ਤਾਂ ਉਹਨਾਂ ਨੂੰ ਕਿਹਾ ਵੀ ਤੈਨੂੰ ਵੀ ਰੱਖ ਲੈਣਾ। ਹੈ ਮੈਂ ਤਾਂ ਉਹਨਾਂ ਨੂੰ ਕਿਹਾ ਤੈਨੂੰ ਵੀ ਰੱਖ ਲੈਣਾ, ਪਰ ਨਹੀਂ ਮੰਨੇ। ਨਹੀਂ ਯਾਰ ਮੈਨੂੰ ਨਹੀਂ, ਕਹਿੰਦੇ ਬੰਦੇ ਨਹੀਂ, ਕਹਿੰਦੇ ਉਹਨਾਂ ਨੇ, ਇਹਨੇ ਬਹੁਤ ਦਿਮਾਗ ਖਾਣਾ ਸਾਡਾ, ਕਹਿੰਦੇ ਬੰਦੇ ਨਹੀਂ ਰੱਖਦੇ ਅਸੀਂ, ਅਤੇ ਕਹਿੰਦੇ ਆ ਵੀ ਅਸੀਂ ਪਤਾ ਪਾ ਦਿੰਦੇ ਹਾਂ, ਥੋੜ੍ਹਾ ਟਾਈਮ ਲੱਗਣਾ, ਅਤੇ ਉਹਨਾਂ ਚਿਰ ਸਾਨੂੰ ਗਾੜੀ ਕੰਮ ਸੀ, ਅਤੇ ਕਹਿੰਦਾ ਚੱਲ ਅਸੀਂ ਗਾੜੀ ਕੰਮ ਕਰ ਆਉਂਦੇ ਹਾਂ, ਅਤੇ ਉਹਨਾਂ ਚਿਰ ਤੁਸੀਂ ਪਤਾ ਪਾ ਦਿਓ, ਅਤੇ ਫਿਰ ਆ ਕੇ ਲਵਾਉਂਦੇ ਹਾਂ ਹੂਟਰ। ਓਕੇ ਜੀ। ਇੱਕ ਨਾ ਆਪਣੇ ਪੰਜਾਬ 'ਚ ਮਤਲਬ ਪ੍ਰੋਬਲਮ ਬਹੁਤ ਵੱਡੀ ਹੈ ਟ੍ਰੈਫਿਕ ਦੀ, ਵੇਖੋ ਟ੍ਰੈਫਿਕ ਕਿੱਦਾਂ ਹੈ। ਲੋਕਾਂ ਨੂੰ ਨਹੀਂ ਪਤਾ, ਨਹੀਂ ਪਤਾ ਤਾਂ ਹੈਗਾ ਲੋਕਾਂ ਨੂੰ ਵੀ, ਮੈਂ ਚੱਲ ਵਿਖਾ ਦਈਏ ਥੋੜ੍ਹੀ ਜਿਹੀ ਟ੍ਰੈਫਿਕ ਪੰਜਾਬ ਦੀ, ਬਾਹਰ ਦੇ ਉਹਦਾ ਇੱਕ ਚੀਜ਼ ਹਾਂ ਇਹੋ ਹੀ ਡੇਰਾ ਰੋਡ ਆ, ਬਾਹਰ ਦਾ ਉਦਾਂ ਇੱਕ ਫਾਇਦਾ ਹੈਗਾ ਵੀ ਉੱਥੇ ਟ੍ਰੈਫਿਕ ਟਰੁਫਿਕ ਨਹੀਂ ਹੁੰਦੀ, ਜੇ ਹੁੰਦੀ ਵੀ ਆ ਤਾਂ ਕੋਈ ਅੰਮ੍ਰਿਤ ਕੋਈ ਹਾਰਨ ਨਹੀਂ ਵੱਜਣਾ, ਕੋਈ ਰੌਲਾ ਨਹੀਂ ਪੈਣਾ, ਐਂ ਸ਼ਾਂਤੀ ਨਾਲ। ਮੈਂ ਵੇਖਿਆ ਅੰਮ੍ਰਿਤ ਟ੍ਰੈਫਿਕ 'ਚ ਕਈ ਵਾਰੀ ਫਸਦੇ ਰਹੇ ਨਾ, ਕੋਈ 100-100 ਗੱਡੀ ਵੀ ਲੈਣ ਸਿਰ ਲੱਗੀ ਹੁੰਦੀ ਆ, ਅਤੇ ਕੋਈ ਹਾਰਨ ਨਹੀਂ ਮਾਰਦਾ ਅੰਮ੍ਰਿਤ ਉੱਥੇ, ਉਹ ਹਾਂ ਸੌ ਜਾਂਦੇ ਗੱਡੀਆਂ 'ਚ ਨਾਲ ਹੀ, ਆਪੇ ਮਜ਼ੇ ਮਜ਼ੇ ਤੁਰੀ ਜਾਂਦੇ ਸਾਡੇ, ਪੀ ਪੀ ਪਾਂ 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 ਪਾਂ, ਅਤੇ ਹੋਰ ਕੀ, ਕੋਈ ਪੀ ਅਤੇ ਕੋਈ ਪਾਂ, ਅਤੇ ਕੋਈ ਹੂਟਰ ਲਾਏ ਹੁੰਦੇ ਕਿਸੇ ਨੇ, ਕੋਈ ਭੈਣ ਰੂਟਸ ਲਾਏ ਹੁੰਦੇ ਕਿਸੇ ਨੇ। ਹਾਂਜੀ ਵੀ ਅਸੀਂ ਆ ਗਏ ਸੀ ਅੱਗੇ ਹੋ ਗਏ, ਅਤੇ ਹੂਟਰ ਰਿਪੇਅਰ ਕਰਨ ਡਿਆ ਵੀਰ, ਰਿਪੇਅਰ ਕਰਨਾ ਮੁੰਡਾ। ਹਾਂ ਵੀ ਕਿੱਦਾਂ ਵੀਰ ਕਰਦੇ ਫਿਰ ਰਿਪੇਅਰ, ਕਿੰਨਾ ਕੁ ਟਾਈਮ ਲੱਗਣਾ ਵਾ? 5 ਮਿੰਟਾਂ 'ਚ ਹੋ ਜੂਗਾ। ਅੰਮ੍ਰਿਤ ਉਹ ਫਿਰ ਗੱਡੀ ਅੱਗੇ ਰੱਖਣ ਲਈ ਲੈਣਾ ਕੋ ਅੱਜ ਕੇ ਨਹੀਂ, ਡੈਸ਼ਬੋਰਡ ਤੇ ਤੂੰ ਵੇਖ ਲਾ, ਮੈਂ ਹੀ ਬਹਿ ਜਾਂਦਾ, ਕੋਈ ਗੱਲ ਹੀ ਨਹੀਂ। ਹੈਂ ਆਏ ਹਾਏ ਮੁੰਡਾ ਲਾਉਣ ਲੱਗਾ ਹੁਣ ਹੂਟਰ, ਪੱਤਾ ਪਾ ਗਿਆ ਇਹਦਾ, ਪੱਤਾ ਪਾਤਾ ਵਾ, ਚੱਲਣ ਲੱਗਾ ਬਸ, ਏਅਰ ਫਿਲਟਰ ਖੋਲ ਕੇ ਦੇ ਦੇ ਥੱਲੇ ਫਿੱਟ ਕਰਨਾ ਮੁੰਡੇ ਨੇ। ਹਾਂ ਮੁੰਡਿਆ ਕੀ ਨਾਂ ਤੇਰਾ, ਨਾਂ ਦੱਸ ਦੇ ਆਪਣਾ। ਰੋਬਨ ਵਾ, ਕਿਹੜਾ ਪਿੰਡ ਤੇਰਾ? ਹਰੀਵਾਰ ਰੋਡ, ਠੀਕ ਆ ਠੀਕ ਆ। ਹੈਂ ਦਈਆ ਵਧੀਆ, ਮੈਂ ਬੰਦਾ ਚੰਗਾ ਲੱਗਾ, ਮੈਂ ਚੱਲ ਨਾਂ ਪੁੱਛ ਲੈਂਦੇ, ਆਉਂਦੇ ਰਹੀਦਾ ਦੇਖੋ। ਹਾਂਜੀ ਵੀ ਅੰਮ੍ਰਿਤ ਆਉਂਦਾ ਸੀ ਫਰੂਦਾ ਪੀਣਾ ਵਾ, ਫਰੂਦਾ ਲੱਗੇ ਪੀਣ, ਇਹ ਸਾਡੀ ਮਤਲਬ ਫੇਵਰੇਟ ਚੀਜ਼ ਆ ਦੋਵਾਂ ਦੀ, ਫਲੂਦਾ ਹੈ ਨਾ, ਇਹ ਅਸੀਂ ਕਿਤੇ ਵੀ ਜਾਈਏ ਇਹ ਜ਼ਰੂਰ ਆਪਾਂ ਪੀਣਾ ਹੁੰਦਾ ਵਾ। ਹੈਂ ਅਤੇ ਤੂੰ ਜ਼ਰੂਰ ਲੱਭਣਾ ਵਾ ਕੰਮ ਕਾਰ ਕਰ, ਤੈਨੂੰ ਕੰਮ ਨਹੀਂ ਹੈ ਕੋਈ, ਸਾਲਾ ਵਿਹਲਾ ਲੱਭਣ ਲਈ ਤੂੰ। ਹੈਂ ਚਾਹੀਦਾ ਨਾ ਵਧੀਆ ਬੰਦਾ,
ਲਓ ਜੀ ਮੀਂਹ ਆਈ ਜਾਂਦਾ ਜੀ ਫੁੱਲ ਉਦਾਂ ਆਹ ਦਿਨਾਂ 'ਚ ਆਉਣਾ ਤਾਂ ਨਹੀਂ ਚਾਹੀਦਾ ਪਰ ਰੱਬ ਦੀ ਮਰਜ਼ੀ ਆ ਫਸਲਾਂ ਪੱਕੀਆਂ ਕਣਕਾਂ ਪੱਕੀਆਂ ਵਾ ਅਤੇ ਫਿਰ ਉਹਦੇ ਨਾਲ ਦਾਣੇ ਖਰਾਬ ਹੁੰਦੇ ਕਣਕ ਦੇ ਰੱਬ ਦੀ ਮਰਜ਼ੀ ਆ ਗਏ ਉਹਦੀਆਂ ਰੰਗਾਂ ਨੂੰ ਉਹੀ ਉਹ ਜਾਣੇ ਪਤਾ ਨਹੀਂ ਰੱਬ ਕਿਹੜੀਆਂ ਰੰਗਾਂ ਵਿੱਚ ਰਾਜੀ ਦੇਖੋ ਮੀਂਹ ਪੈਣ ਡਿਆ ਫੁੱਲ ਹਾਂਜੀ ਵੀ ਮੀਂਹ ਹਟ ਗਿਆ ਸੀ ਅਤੇ ਮੈਂ ਆਹੀ ਗਰਾਊਂਡ ਅਤੇ ਮੌਸਮ ਦੇਖੋ ਕਿੱਡੇ ਟਾਪਦਾ ਆ ਇਸ ਵੇਲੇ ਗਰਾਊਂਡ ਤੁਹਾਨੂੰ ਪਤਾ ਹੀ ਆ ਡੇਲੀ ਇਸ ਵੇਲੇ ਗਰਾਊਂਡ ਆ ਜਾਈਦਾ ਆਪਾਂ ਆਹ ਮਲਕੀਤ ਮੇਰਾ ਯਾਰ ਗਰਾਊਂਡ ਵਾਲਾ ਹਾਂ ਮਲਕੀਤ ਸਿੰਘ ਕਿੱਦਾਂ ਫਿਰ ਵਧੀਆ ਵਧੀਆ ਭਾਅ ਜੀ ਇੱਧਰ ਆ ਵਧੀਆ ਵਧੀਆ ਭਾਅ ਜੀ ਠੀਕ ਠਾਕ ਤੁਸੀਂ ਸੁਣਾਓ ਠੀਕ ਠਾਕ ਹੋ ਹਾਂਜੀ ਵਧੀਆ ਭਾਅ ਜੀ ਅੱਜ ਮੌਸਮ ਬਹੁਤ ਹੀ ਵਧੀਆ ਹੋ ਗਿਆ ਅੱਜ ਬਹੁਤ ਘੈਂਟ ਮੌਸਮ ਹੈ ਨਾ ਬਹੁਤ ਮੀਂਹ ਅਤੇ ਬਹੁਤ ਹਨੇਰੀ ਮਤਲਬ ਆਈ ਅੱਜ ਹਨੇਰੀ ਤਾਂ ਬਾਹਲੀ ਆਈ ਅੱਜ ਹੈ ਨਾ ਪਰ ਉਹਦੇ ਹਟਣ ਤੋਂ ਬਾਅਦ ਮੌਸਮ ਬਹੁਤ ਹੀ ਵਧੀਆ ਹੋ ਗਿਆ ਜਿੱਦਾਂ ਵਧੀਆ ਆ ਗਿਆ ਹੁਣ ਆਪਾਂ ਕੁਝ ਟਾਈਮ ਕੱਢ ਕੇ ਗਰਾਊਂਡ 'ਤੇ ਆਏ ਹਾਂ ਅਤੇ ਬੜਾ ਬੜਾ ਗਰਾਊਂਡ ਨੂੰ ਲੱਗੇ ਹਾਂ ਗੋਡਣ ਅਤੇ ਬਾਕੀ ਤੁਸੀਂ ਆਪਣਾ ਜੋ ਵੀ ਬੰਦੀ ਅਤੇ ਇਹ ਆਪਾਂ ਤੁਹਾਨੂੰ ਦੱਸਿਆ ਹੀ ਅੱਜ ਕਿ ਅਸੀਂ ਅੱਜ ਬਣਾਉਣਾ ਸੀ ਡੇਲੀ ਰੂਟੀਨ ਅਤੇ ਵਲੋਗ ਵੀ ਕੀ ਕਰਦੇ ਸੀ ਸਾਰਾ ਦਿਨ ਅੱਜ ਅਤੇ ਪਹਿਲਾਂ ਤੁਹਾਨੂੰ ਵਿਖਾਇਆ ਹੀ ਆ ਪਹਿਲਾਂ ਅਸੀਂ ਗਏ ਸਵੇਰੇ ਅੱਜ ਬਟਾਲੇ ਫਿਰ ਆਪਾਂ ਉਹਦੇ ਨਾਲ ਗਏ ਅਤੇ ਸ਼ਾਮਾਂ ਨੂੰ ਗਰਾਊਂਡ ਆ ਜਾਈਦਾ ਡੇਲੀ ਆਪਾਂ ਦਾਦੀ ਲਓ ਜੀ ਸ਼ਾਮਾਂ ਦੇ 7 ਵੱਜ ਚੁੱਕੇ ਆ ਅਤੇ ਮੁੰਡੇ ਵਾਲੀਬਾਲ ਖੇਡਦੇ ਹੋਏ ਲਓ ਜੀ ਬਹੁਤ ਹੀ ਇੰਜੋਏ ਕਰ ਰਹੇ ਆ ਹਾਂਜੀ ਆ ਆਪਣਾ ਬੰਟੀ ਬੰਟੀ ਆ ਟੰਡੇ ਮੁੰਡੇ ਸਾਰੇ ਬਹੁਤ ਹੀ ਵਧੀਆ ਖੇਡਦੇ ਪਏ ਇੰਜੋਏ ਕਰਦੇ ਪਏ ਮੈਚ ਪੂਰਾ ਫਸਿਆ ਹੋਇਆ ਵਾ ਹੈਲੋ ਜੀ ਬਹੁਤ ਹੀ ਮੈਂ ਜੁਦੋ ਜੁਦੀ ਚੱਲ ਰਿਹਾ ਆ ਵੇਖੋ ਜੀ ਘੱਟੀ ਹਾਂਜੀ ਇਹ ਹੀ ਆਪਣਾ ਅੱਜ ਰੂਟੀਨ ਦਾ ਵਲੋਗ ਮਤਲਬ ਕੀ ਅਸੀਂ ਕਰਦੇ ਹਾਂ ਸਾਰਾ ਦਿਨ 'ਚ ਨੋਰਮਲੀ ਜੋ ਘਰ ਕਰੀਦਾ ਜਾਂ ਥੋੜ੍ਹਾ ਕਿਤੇ ਗਏ ਸੀ ਬਟਾਲੇ ਜਾਂ ਕਰੀ ਉਹਦੇ ਨਾਲ ਅਤੇ ਹੁਣ ਅਸੀਂ ਆਏ ਹਾਂ ਆਪਣੇ ਗਰਾਊਂਡ ਸਾਂਭ ਲਕੀਤ ਸਿੰਘ ਹਾਂ ਅਤੇ ਲਾਈਟ ਆਈ ਅਤੇ ਜਾਲੇ ਆਈ ਸਾਡੇ ਪਿੰਡ ਨਹੀਂ ਆਹ ਥੋੜ੍ਹੀ ਬੱਤੀ ਦੀ ਪ੍ਰੋਬਲਮ ਚੱਲਣ ਡੀ ਆ ਕੰਮ ਖਰਾਬ ਫੋਨ ਵੀ ਹੁਣ ਡੈੱਡ ਹੋਣ ਦੇ ਆ ਅਤੇ ਜਾ ਕੇ ਵੇਖਦੇ ਹਾਂ ਇਨਵੇਟਰ ਨੂੰ ਜਾ ਕੇ ਲਾਉਂਦੇ ਹਾਂ ਚਾਰ ਚੂਰਜ ਅਤੇ ਹੁਣ ਇਸ ਟਾਈਮ ਗਰਾਊਂਡ ਦੇ ਵਿੱਚ ਵੀ ਆਪਣੇ ਲਾਈਟਾਂ ਟੋਟਲੀ ਸਾਰੀਆਂ ਬੰਦ ਨੇ ਗਰਾਊਂਡ 'ਚ ਹਵਾ ਵੇਖ ਲਓ ਇਸ ਵੇਲੇ ਲਾਈਟਾਂ ਬੰਦ ਆ ਇਸ ਵੇਲੇ ਪੂਰਾ ਚਾਨਣ ਹੁੰਦਾ ਵਾ ਆਹ ਤੁਹਾਨੂੰ ਵਿਖਾਉਂਦੇ ਹਾਂ ਆਹ ਦਾ ਲਾਈਟਿੰਗ ਬਹੁਤ ਵਧੀਆ ਇੱਥੇ ਬਣੀ ਪਰ ਇਹ ਵੀ ਸਾਰੀਆਂ ਬੰਦ ਆ ਇਸ ਵੇਲੇ ਇੱਕ ਨੰਬਰ ਗਰਾਊਂਡ ਆ ਸਾਡੀ
ਪਹਿਲਾਂ ਪਿੰਡਾਂ ਦੀ ਸਾਂਝੀ ਆ ਖਜਾਲਾ ਮਨੇਸ ਤੇ ਢੰਡੇ, ਜਿੱਥੇ ਕਿ ਢੰਡੇ ਪਹਿਲਾਂ ਵੱਜਦਾ ਫਿਰ ਖਜਾਲਾ ਵੱਜਦਾ ਮਨੇਸ ਵੱਜਦਾ। ਠੀਕ ਆ, ਚਲੋ ਠੀਕ ਆ ਜੀ, ਫਿਰ ਦੱਸਿਓ ਆਪਣਾ ਵਲੋਗ ਕਿਵੇਂ ਦਾ ਲੱਗਾ। ਗੁੱਡ ਨਾਈਟ, ਤੇ ਜੇ ਵੀਡੀਓ ਵਧੀਆ ਲੱਗਦੀਆਂ ਹੁੰਦੀਆਂ ਤੇ ਜ਼ਰੂਰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰਦੇ ਕਰੋ ਜ਼ਰੂਰ ਚੈਨਲ ਨੂੰ। ਚਲੋ ਠੀਕ ਆ ਜੀ, ਮਿਲਦੇ ਹਾਂ ਫਿਰ ਅਗਲੇ ਵਲੋਗ 'ਚ।